ਗੜੇਮਾਰੀ ਹੋ ਗਈ ਸੀ ਜੀ 19 ਤਰੀਕ ਨੂੰ। ਬਹੁਤ ਹੱਦੋਂ ਵੱਧ ਹੋ ਗਈ ਜੀ, ਫਿਰ ਨਾ ਅਸੀਂ ਬਾਹ ਸਕੇ, ਐਡਾ ਮੇਰੇ ਲਈ ਪਸੰਦ ਨਹੀਂ ਸੀ ਜੀ, ਐਂ ਸੀ ਵੀ ਚਲੋ ਇਹ 'ਚੋਂ ਕੁਛ ਨਿਕਲਿਆ ਹੋਊਗੀ ਕੁਛ ਨਾ ਕੁਛ ਖਾਣ ਨੂੰ। ਬਹੁਤ ਜ਼ਿਆਦਾ ਜੀ, 100% ਦਾ ਨੁਕਸਾਨ ਹੈ ਜੀ। ਖਰਚਾ ਪੂਰਾ ਹੋਜੂਗਾ? ਨਾ ਜੀ, ਖਰਚਾ ਨਹੀਂ ਪੂਰਾ ਹੁੰਦਾ। ਸਰਕਾਰ ਤੋਂ? ਸਰਕਾਰ ਤੋਂ ਅਸੀਂ ਇਹੀ ਬੇਨਤੀ ਕਰਦੇ ਜੀ, ਮਾੜਾ ਮੋਟਾ ਸਾਨੂੰ ਮਦਦ ਦੇ ਦਿਓ, ਕੋਈ ਖਰਚਾ ਪਾਣੀ ਮੁੜ ਜੇ, ਇੰਨੇ 'ਚ ਸਾਡਾ ਕੋਈ ਸਹਾਰਾ ਲੱਗ ਜੇ, ਗਾਹਾਂ ਫਸਲ ਬੀਜਣ ਦੇ ਚੁੱਕਰੇ ਹੋ ਜਾਈਏ। ਪਰ ਹੁਣ ਬਿਨਾਂ ਪੈਸੇ ਤੋਂ ਫਸਲ ਬੀਜੀ ਵੀ ਨਹੀਂ ਜਾਂਦੀ ਜੀ, ਗਾਹਾਂ ਆੜਤੀ ਦਿੰਦਾ ਨਹੀਂ, ਜਦੋਂ ਉਹਦੇ ਕੁਛ ਗਈ ਨਹੀਂ ਹੈਗਾ ਜੀ। ਖਰਚੇ ਵੱਧ ਗਏ ਪਹਿਲਾਂ ਨਾਲੋਂ? ਬਹੁਤ ਖਰਚੇ, ਬਹੁਤ ਖਰਚੇ ਦਾ ਸਾਰਾ 19 ਹੋ ਗਿਆ ਜੀ, ਜਿੰਨਾ ਟੋਟਲ ਹੋਣਾ ਸੀ ਪੱਕਣ ਤੱਕ ਦਾ। ਪੱਕਣ ਤੱਕ ਤਿਆਰ ਹੋ ਗਈ? ਤਿਆਰ ਹੋ ਗਈ ਸੀ ਜੀ, ਬਿਲਕੁਲ ਤਿਆਰ ਹੋ ਗਈ ਸੀ, ਪਰ ਗੜੇਮਾਰੀ ਨੇ ਬਹੁਤ ਨੁਕਸਾਨ ਕਰਤਾ ਜੀ। ਕੋਈ ਮੁਆਵਜ਼ਾ ਮਿਲਿਆ? ਨਾ ਜੀ, ਕੁਛ ਵੀ ਨਹੀਂ ਮਿਲਿਆ ਜੀ। ਉਦੋਂ ਆਏ ਤੇ MLA ਵੀ ਆ ਗਏ ਸੀ, ਦੇਖ ਗਿਆ ਸੀ ਗਰਦੌਰੀ ਗਰਦਾਰੀ ਵੀ ਦੇਖ ਕੇ, ਤੇ ਪਰ ਉਸ ਤੋਂ ਬਾਅਦ ਸਾਨੂੰ ਕੁਛ ਨਹੀਂ ਦੱਸਿਆ ਜੀ। ਮੇਰਾ ਨਾਮ ਰਾਜਕੁਮਾਰ ਜੀ, ਪਿੰਡ ਦੇਦਣਾ। ਕਿੰਨੀ ਜ਼ਮੀਨ ਦੀ ਕਣਕ ਦੀ ਖੇਤੀ ਕੀਤੀ ਸੀ? ਅਸੀਂ 40 ਏਕੜ ਦੀ ਖੇਤੀ ਕਰੀ, ਠੇਕੇ ਦੇ ਲਿੱਤੀ ਹੋਈ ਜ਼ਮੀਨ ਸਾਰੀ। ਕਿੰਨੇ ਠੇਕੇ ਦੇ ਲਿੱਤੀ ਸੀ ਇਹ? 40 ਏਕੜ ਜੀ। ਕਿੰਨੇ ਰੇਟ ਸੀ ਉਦੋਂ? 65,000 ਰੁਪਇਆ ਠੇਕਾ ਜੀ। 40 ਠੇਕੇ ਦੇ ਆ? ਹਾਂਜੀ ਹਾਂਜੀ। ਹੁਣ ਜਿਹੜਾ ਕਣਕ ਦਾ ਝਾੜ ਕਿੰਨਾ ਕੁ ਲੱਗਦਾ ਨਿਕਲੂ ਤੁਹਾਨੂੰ? ਕਣਕ ਦਾ ਝਾੜ ਜੀ 10 ਤੋਂ 15 ਮਣ ਦੇ ਵਿੱਚ ਨਿਕਲੂਗਾ ਜੀ। ਨੁਕਸਾਨ ਹੈ ਇਸ ਵਾਰ ਫੁੱਲ ਨੁਕਸਾਨ ਹੈ ਜੀ। ਠੇਕਾ ਫੁੱਲੋਂ ਪਊਗਾ ਸਾਰਾ ਇਹ? ਹਾਂਜੀ ਹਾਂ, ਠੇਕਾ ਗਲ ਪਊਗਾ ਜੀ ਸਾਰਾ। ਕੀ ਕਾਰਨ ਹੋਇਆ ਇਹਨਾਂ ਘੱਟ ਗਿਆ ਝਾੜ? ਇਹ ਗੜੇਮਾਰੀ ਕਾਰਨ ਹੋਇਆ ਜੀ। ਕਿੰਨੀ ਗੜੇਮਾਰੀ ਹੋਈ? ਗੜੇਮਾਰੀ ਬਹੁਤ ਜ਼ਿਆਦਾ ਨਜਾਇਜ਼ ਹੋਈ ਜੀ ਗੜੇਮਾਰੀ। ਉਹਦੇ ਘਰ ਮਿਲੀ ਸਰਕਾਰ ਵੱਲੋਂ? ਨਾ ਕੋਈ ਮਦਦ ਨਹੀਂ ਮਿਲੀ ਸਰਕਾਰ ਵੱਲੋਂ। ਕੀ ਕਹਿੰਦੀ ਸੀ ਸਰਕਾਰ? ਸਰਕਾਰ ਕਹਿੰਦੀ ਦਵਾਂ ਹੀ ਕੁਛ ਮੁਆਵਜ਼ਾ, ਪਰ ਹਾਲੇ ਤੱਕ ਤਾਂ ਕੁਛ ਦਿੱਤਾ ਨਹੀਂ ਹੈਗਾ ਜੀ ਇਹਨਾਂ ਨੇ। ਗਰਦੌਰੀਆਂ ਹੋ ਗਈਆਂ? ਗਰਦੌਰੀ ਹੋ ਗਈ ਹਾਂਜੀ। ਕੋਈ ਗੱਲਬਾਤ ਨਹੀਂ? ਕੋਈ ਗੱਲਬਾਤ ਨਹੀਂ। ਮੰਗ ਹੈਗੀ ਇਸ ਟਾਈਮ? ਮੰਗ ਹੈ ਜੀ, ਸਾਨੂੰ ਕੁਛ ਨਾ ਦਿੱਤਾ ਜਾਵੇ, ਖਰਚਾ ਪਾਣੀ ਮੁੜੀ ਜੋ ਸਾਡਾ, ਇੰਨਾ ਮਹਿੰਗਾ ਵਾਹਨ ਠੇਕੇ 'ਤੇ ਲਿੱਤਾ ਹੋਇਆ ਜੀ ਅਸੀਂ। ਕਮਾਈ ਦਾ ਸਾਧਨ ਇਹੀ ਹੁੰਦੀ ਕਣਕ ਹੀ ਹੁੰਦੀ? ਹਾਂਜੀ ਹਾਂਜੀ, ਕਣਕ ਇਸੇ 'ਚੋਂ ਬਚਣੇ ਦੀ, ਜੋ 2 ਰੁਪਏ ਬਚਣੇ ਦੀ ਜੀ, ਬਾਕੀ ਠੇਕਾ ਪੂਰੀ ਹੁੰਦਾ। ਹਾਂਜੀ ਹਾਂਜੀ। ਅਮਰੀਕ ਸਿੰਘ ਜੀ ਨਿਆਲ ਆਤ ਜੀ, ਸਾਡੇ ਪਿਛਲੇ ਦਿਨੀ ਫਰਵਰੀ ਦੇ ਵਿੱਚ ਗੜੇਮਾਰੀ ਹੋ ਗਈ ਸੀ ਕਾਫੀ ਜ਼ਿਆਦਾ, ਜਿਹਦਾ ਕਿ 1,000 ਏਕੜ ਫਸਲ ਜਿਹੜੀ ਤਬਾਹ ਹੋ ਗਈ ਸੀ। ਉਹ 'ਚ ਬਾਅਦ 'ਚ ਅਸੀਂ ਨੇ ਬਾਅਦ 'ਚ ਵੀ ਕੋਈ ਇਹਦੀ ਮਾੜੀ ਸਪਰੇਅ ਸਪਰੂ ਵੀ ਕੀਤੀ, ਇਹਨੂੰ ਦੇਖਿਆ ਵੀ ਜੇ ਬਚ ਜੂ ਕੁਛ ਨਾ ਕੁਛ, ਕੋਈ ਖਰਚਾ ਪਾਣੀ ਹੋ ਜੇ। ਸਾਰੀ ਨਸ਼ਟ ਹੋ ਗਈ ਜੀ, ਜਿਹੜੀ ਪਹਿਲਾਂ ਪੱਕੀ ਸੀ ਜਿਹੜੀ ਉਹ ਕਾਲੀ ਹੋ ਗਈ, ਜਿਵੇਂ ਦਾਣਾ ਮੱਝ ਹੋਊਗਾ ਖਾਣ ਯੋਗ ਵੀ ਨਹੀਂ ਹੈਗੀ ਕਣਕ। ਇਹ ਤਾਂ ਡੰਗਰ ਕਿਸਾਨਾਂ ਦਾ ਇਸ ਵਾਰ ਲੱਗਦਾ? ਕਿਸਾਨਾਂ ਦਾ ਬਹੁਤ ਨੁਕਸਾਨ ਹੈ ਜੀ ਗੜੇਮਾਰੀ ਕਾਰਨ। ਸਰਕਾਰ ਨੂੰ ਬੇਨਤੀ ਹੈ ਵੀ ਕੋਈ ਕਿਸਾਨਾਂ ਨੂੰ ਕੋਈ ਖਰਚਾ ਪਾਣੀ ਦਿੱਤਾ ਜਾਵੇ। ਜੀ ਕਿਸਾਨ ਫਿਰ ਕਾਰਨ ਕੀ ਖੁਦਕੁਸ਼ੀਆਂ ਕਰਨ ਦੇ? ਖੁਦਕੁਸ਼ੀਆਂ ਤਾਂ ਜੀ ਖਰਚਾ ਜ਼ਿਮੀਂਦਾਰ ਕਰ ਲੈਂਦਾ, ਜਦੋਂ ਕਣਕ 'ਤੇ ਸਾਰਾ ਖਰਚਾ ਹੋ ਗਿਆ ਸੀ ਫਰਵਰੀ ਤੱਕ, ਸਾਰਾ ਖਰਚਾ ਸਪਰੇਅ ਦਾ ਹੋ ਜਾਂਦਾ ਹੁੰਦਾ, ਪਰ ਜਦੋਂ ਹੁਣ ਵੱਢਣ ਦਾ ਟਾਈਮ ਆਉਂਦਾ, ਜਦੋਂ ਮਤਲਬ ਕੁਦਰਤੀ ਗੜੇਮਾਰੀ ਹੋ ਗਈ ਉਹਦੇ ਕਾਰਨ ਜਦੋਂ ਹੁਣ ਫਸਲ ਨਹੀਂ ਹੋਈ, ਜ਼ਿਮੀਂਦਾਰ ਦਾ ਹੋਰ ਕੋਈ ਸੋਰਸ ਨਹੀਂ ਹੁੰਦਾ, ਫਸਲ ਹੀ ਇੱਕ ਸੋਰਸ ਹੁੰਦੀ ਹੈ। ਸਰਕਾਰ ਕਹਿੰਦੀ ਮੁਆਵਜ਼ਾ ਦੇਵਾਂਗੇ ਅਸੀਂ? ਸਰਕਾਰ ਨੇ ਮੁਆਵਜ਼ਾ ਹਾਲ ਤੱਕ ਤਾਂ ਦਿੱਤਾ ਨਹੀਂ ਜੀ ਕੁਛ ਵੀ। ਜਿਹੜੇ ਠੇਕੇ 'ਤੇ ਲੈ ਕੇ ਕਰ ਰਹੇ ਹੁਣ ਕਿੰਨਾ ਨੁਕਸਾਨ? ਠੇਕੇ ਵਾਲੇ ਤਾਂ ਸਾਰੀ ਨੁਕਸਾਨ ਹੈ, ਹੁਣ ਤਾਂ ਇਹੀ ਕਣਕ ਹੀ ਬਚਣਾ ਹੁੰਦਾ ਜੀ ਕੁਛ, ਉਹ ਤਾਂ ਜਮੀ ਖਤਮ ਹੈ ਜੀ ਠੇਕੇ ਵਾਲੇ ਤਾਂ। ਕੀ ਮੰਗ ਹੈ ਸਰਕਾਰ ਤੋਂ? ਸਰਕਾਰ ਤੋਂ ਮੰਗ ਹੈ ਵੀ ਕੋਈ ਮਤਲਬ ਇਹਨਾਂ ਨੂੰ ਖਰਚਾ ਦਿੱਤਾ ਜਾਵੇ, ਮੁਆਵਜ਼ਾ ਦਿੱਤਾ ਜਾਵੇ ਇਹਨਾਂ ਨੂੰ। ਬਿਲਕੁਲ ਸਰਕਾਰ ਵੱਲੋਂ ਮਦਦ ਹੋਏਗੀ ਜੀ, ਕਿਉਂਕਿ ਜਦੋਂ ਇਹ ਗੜੇਮਾਰੀ ਹੋਈ ਸੀ ਤਾਂ ਮੈਂ DC ਸਾਹਿਬ ਦੇ ਧਿਆਨ 'ਚ ਲਿਆ ਕੇ, ਔਰ CM ਸਾਹਿਬ ਨੂੰ ਵੀ ਪਤਾ ਸੀਗਾ ਕਿ ਪੰਜਾਬ ਲੈਵਲ 'ਤੇ ਜਿਹੜੀ ਉਹ ਗੜੇਮਾਰੀ ਹੋਈ, ਤਾਂ ਨਾਲ ਦੀ ਨਾਲ ਹੀ ਸਪੈਸ਼ਲ ਗਰਦਾਵਰੀਆਂ ਕਰਨ ਦੇ ਜਿਹੜੇ ਹੁਕਮ ਦਿੱਤੇ ਗਏ, ਸਪੈਸ਼ਲ ਗਰਦਾਵਰੀਆਂ ਹੋ ਗਈਆਂ। ਇਹ ਕੋਡ ਲੱਗ ਗਿਆ ਜੀ, ਕੋਡ ਦਾ ਕਰਕੇ ਜਿਹੜੀ ਉਹ ਆ ਰਹੀ ਹੈ, ਤਾਂ ਕੋਡ ਤੋਂ ਬਾਅਦ ਦੇ ਵਿੱਚ ਜੋ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਭਰਪਾਈ ਹੈਗੀ ਜਿਹੜੀ, ਬਿਲਕੁਲ ਉਹ ਮੁੱਖ ਮੰਤਰੀ ਸਾਹਿਬ ਕਰਨਗੇ ਜੀ। ਜੋ ਵਾਅਦਾ ਕੀਤਾ ਪੂਰਾ ਕੀਤਾ? ਬਿਲਕੁਲ, ਜੋ ਵਾਅਦਾ ਮਾਨ ਸਾਹਿਬ ਕਰਦੇ ਨੇ ਉਹ ਪੂਰਾ ਕਰਦੇ ਨੇ। ਅੱਜ ਤੱਕ ਜੋ ਵੀ ਕਮਿਟਮੈਂਟ ਮਾਨ ਸਾਹਿਬ ਨੇ ਕਰੀਆਂ ਬਿਲਕੁਲ ਪੂਰੀਆਂ ਕਰੀਆਂ। ਹੜ੍ਹਾਂ ਦੇ ਸਮੇਂ ਜੀਰੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀਗਾ, ਤਾਂ ਹਰ ਜ਼ਿਮੀਂਦਾਰ ਨੂੰ ਉਹ ਜਿਹੜਾ ਪੈਸਾ ਮਿਲਿਆ, ਤਾਂ ਕੋਡ ਲੱਗਣ ਦੇ ਕਰਕੇ ਇਹ ਪ੍ਰੋਬਲਮ ਆਈ ਹੈ। ਕੋਡ ਤੋਂ ਬਾਅਦ ਦੇ ਵਿੱਚ ਜਿਹੜਾ ਪੈਸਾ ਹੈਗਾ